ਇਹ ਗੱਲ ਇਸ ਵੀਡੀਓ ਦੀ ਹੈਗੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਜਕਰ ਪਨੀਰੀ ਉਗਰਦੀ ਨਹੀਂ ਉਹਨਾਂ ਚੱਕਰ ਰਿਸਕ ਹੀ ਰਿਸਕ ਹੈ ਨਦੀਨ ਵੀ ਹੋ ਸਕਦਾ ਵੀ ਇਕੱਠਾ ਵੀ ਹੋ ਸਕਦਾ ਤੋਤੇ ਵਗੈਰਾ ਵੀ ਖਾ ਸਕਦੇ ਹੈਗੇ ਆ ਬਰਸਾਤਾਂ ਦੇ ਦਿਨਾਂ ਢੀਰੀਆਂ ਦੇ ਨਾਲ ਵੀ ਇਧਰ ਉਧਰ ਸ਼ਿਫਟ ਹੋ ਜਾਂਦਾ ਹੈਗਾ ਸਹੀ ਤਰੀਕੇ ਨਾਲ ਉੱਗਾ ਤਾਂ ਨਹੀਂ ਜਰਮੀਨੇਸ਼ਨ ਪ੍ਰਭਾਵਿਤ ਹੋ ਜਾਂਦੀ ਹੈਗੀ ਜਾਂ ਗਰਮ ਹਵਾਵਾਂ ਦੇ ਨਾਲ ਬੀਜ ਦੀ ਜੰਮਣ ਸ਼ਕਤੀ ਹੋਰ ਘੱਟ ਹੋ ਜਾਂਦੀ ਜਿੰਕਟ ਦੀ ਘਾਟ ਉੱਥੇ ਜ਼ਿਆਦਾ ਆਉਂਦੀ ਹੈਗੀ ਆ ਜਿੱਥੇ ਪਾਣੀ ਜ਼ਿਆਦਾ ਰੁਕਦਾ ਹੈਗਾ ਠੀਕੜੀਆਂ ਜਮੀਨਾਂ 'ਚ ਆ ਜਾਂਦੀਆਂ ਜਾਂ ਜਿੱਥੇ ਘਾਟ ਹੈਗੀ ਆ ਜਿੱਥੇ ਪਾਣੀ ਨਹੀਂ ਰੁਕਦਾ ਹੈਗਾ ਉੱਥੇ ਲੋਈ ਦੀ ਘਾਟ ਆ ਜਾਂਦੀ ਤੁਸੀਂ ਬੈਲੈਂਸ ਬਣਾ ਕੇ ਚੱਲਣਾ ਸਰਪ੍ਰੋ ਸਤਿ ਸ਼੍ਰੀ ਅਕਾਲ ਜਿਹੜੇ ਵੀਰਾਂ ਨੇ 26 ਦੀ ਪਨੀਰੀ ਲਾਉਣੀ ਆ ਹੁਣ ਜਾਂ 1509 ਦੀ ਪਨੀਰੀ ਲਾਉਣੀ ਆ ਜਾਂ 1692 ਦੀ ਪਨੀਰੀ ਲਾਉਣੀ ਆ ਜਾਂ 1847 ਦੀ ਲਾਉਣੀ ਆ ਜਾਂ ਕੋਈ ਹੋਰ ਬਹੁਤ ਘੱਟ ਸਮੇਂ ਦਾ ਹਾਈਬ੍ਰਿਡ ਤੁਸੀਂ ਲਾਉਣ ਜਾ ਰਹੇ ਹੋ ਤਾਂ ਪਨੀਰੀ ਤੁਹਾਨੂੰ ਘੱਟ ਸਮੇਂ ਦੀ ਲਾਉਣੀ ਪੈਂਦੀ ਆ ਲਾਉਣੀ ਵੀ ਚਾਹੀਦੀ ਆ ਫੇਰ ਹੀ ਵਧੀਆ ਝਾੜ ਆਉਂਦਾ ਤੇ ਪਨੀਰੀ ਘੱਟ ਸਮੇਂ ਦੇ ਵਿੱਚ ਤਿਆਰ ਕਰਨ ਵਾਸਤੇ 25-28 ਦਿਨਾਂ ਦੀ ਪਨੀਰੀ ਖੇਚ ਜਾ ਕੇ ਬੂਟਾ ਲੱਗ ਜੇ ਉਹਦਾ ਫਾਰਮੂਲਾ ਤੁਹਾਨੂੰ ਦੱਸਣ ਲੱਗਿਆ ਇਹ ਆਏ ਗੱਲ ਤਾਂ ਆਪਾਂ ਹੀ ਸਾਲ ਹੀ ਕਰਦੇ ਹੈਗੇ ਆ ਪਰ ਕੀ ਹੈਗਾ ਕਿ ਆਪਾਂ ਕਹੀ ਤੇ ਕਹਾੜੀ ਦੇ ਦਾਤੀ ਚੱਕੀ ਹੋਈ ਆ ਆਪਾਂ ਕਲਮ ਤੇ ਕਾਪੀ ਨਹੀਂ ਚੱਕੀ ਹੋਈ ਆਪਾਂ ਆਪਣੇ ਤਜਰਬੇ ਪਿਓ ਦੇ ਦਾਦੇ ਦੇ ਚਾਚੇ ਦੇ ਨਹੀਂ ਤਜਰਬੇ ਸਾਹਮਣੇ ਹੈਗੇ ਇਹ ਮੈਰੀ ਡਿਊਟੀ ਮਾਲਕ ਨੇ ਲਈ ਹੋਈ ਆ ਵੀ ਆਪਾਂ ਖੇਤੀ ਦੇ ਵਿੱਚ ਜਿੰਨੇ ਵੀ ਤਜਰਬੇ ਕਰਦੇ ਹੈਗੇ ਆ ਉਹਨੂੰ ਰਿਕਾਰਡ ਵੱਧ ਵੀ ਕਰਦੇ ਆ ਉਹਨਾਂ ਨੂੰ ਬੁੱਕ 'ਚ ਵੀ ਬੰਦ ਕਰਦੇ ਹੈਗੇ ਆ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਆ ਵੀਡੀਓ ਦੇ ਜ਼ਰੀਏ ਵੀ ਸੋ ਇਸ ਵੀਡੀਓ ਦੇ ਜ਼ਰੀਏ ਵੀ ਜਾਣਕਾਰੀ ਦੇਵਾਂਗੇ ਤੇ ਜਿਹੜੇ ਵੀਰਾਂ ਨੇ ਆਪਣੇ ਖੇਤ ਦੇ ਵਿੱਚ ਪਨੀਰੀ ਲਾਉਣੀ ਆ ਖੇਤ ਦੀ ਤਿਆਰੀ ਬਾਰੇ ਪਹਿਲਾਂ ਗੱਲਬਾਤ ਸੁਣ ਲਓ ਫਿਰ ਆਪਾਂ ਪਨੀਰੀ ਲਾਉਣ ਦੀ ਗੱਲਬਾਤ ਕਰਾਂਗੇ ਫਿਰ ਪਨੀਰੀ ਪਾਲਣ ਤੇ ਗੱਲ ਕਰਾਂਗੇ ਪਨੀਰੀ ਤੁਸੀਂ ਪੱਟ ਤਾਂ ਲੈਣੀ ਹੈ ਜਦੋਂ ਵਧੀਆ ਤਰੀਕੇ ਨਾਲ ਤਿਆਰ ਹੋ ਗਈ 25ਵੇਂ ਦਿਨ ਤਿਆਰ ਹੋ ਗਈ 25ਵੇਂ ਦਿਨ ਵੀ ਲੱਗ ਜੂ ਤੇ ਨਹੀਂ ਤੁਸੀਂ ਇਹ ਵੱਡੀਆਂ ਪਨੀਰੀਆਂ 40-40 ਦਿਨਾਂ ਤੇ ਇੱਕ ਵੀ ਲੈ ਕੇ ਲਾਉਣੇ ਹੋ ਕਈ ਵਾਰ ਇਹ ਪਨੀਰੀਆਂ ਤੁਸੀਂ ਮੁੱਲ ਵੀ ਲੈ ਕੇ ਲਾਉਣੇ ਹੋ ਤੁਹਾਡੇ ਖੇਤਾਂ ਦੇ ਵਿੱਚ ਜੇ ਮੱਕੀ ਲੱਗੀ ਹੈ ਜਾਂ ਤੁਸੀਂ ਅੱਗੇ ਕੋਈ ਹੋਰ ਕ੍ਰੌਪ ਦੀ ਪਲੈਨਿੰਗ ਕਰ ਰਹੀ ਹੈਗੇ ਤਾਂ ਜਿਹੜੇ ਖੇਤਾਂ ਦੇ ਵਿੱਚ ਤੁਸੀਂ ਬਜਾਈ ਕਰਨੀਆਂ ਸੱਜਰਾ ਲੈਜਰ ਲੈਵਲ ਲੱਗਿਆ ਹੋਵੇ ਇਹ ਨਾ ਹੋਵੇ ਵੀ 15-20 ਦਿਨ ਹੋ ਗਏ ਜੀ ਕੰਪਿਊਟਰ ਕਰਾ ਲੱਗੇ ਨੂੰ ਤੇ ਉੱਥੇ ਕਣਕ ਵੀ ਉਗਰੀ ਖੜੀ ਆ ਬਾਥੂ ਵੀ ਉਗਰਾ ਖੜਿਆ ਤੇ ਡੀਲਾ ਵੀ ਉਗਰਾ ਖੜਾ ਤੇ ਝੋਨਾ ਘਾ ਵੀ ਉਗਰਾ ਖੜ ਤੇ ਦੇ ਕੇ ਛਿੱਟਾ ਤੇ ਹੈਰੋ ਜੀ ਮਾਰ ਕੇ ਤੁਸੀਂ ਲਾ ਦਿੰਦੇ ਹੋ ਫਿਰ ਉਹ ਪ੍ਰੋਬਲਮ ਕਰਦਾ ਹੈਗਾ ਉਹ ਮਿੱਟੀ ਸਖਤ ਹੋ ਜਾਂਦੀ ਹੈ ਪੇਪੜੀ ਬਣੀ ਹੁੰਦੀ ਹੈ ਬਾਅਦ ਦੇ ਵਿੱਚ ਉਹ ਝੋਨੇ ਦੀਆਂ ਜੜਾਂ ਪਨੀਰੀ ਦੀਆਂ ਜੜਾਂ ਦੇ ਵਿੱਚ ਹਵਾ ਪਾਈ ਜਾਂਦੀ ਹੈ ਫਿਰ ਪੀਲੀ ਹੋਈ ਜਾਂਦੀ ਹੈ ਗਰੋਥ ਦੀ ਰੁਕ ਜਾਂਦੀ ਹੈ ਇੱਕ ਵਾਰ ਪਨੀਰੀ ਕੱਦ ਨਹੀਂ ਕਰਦੀ ਕਦ ਕਦੋਂ ਕਰੋਗੀ ਕੱਦ ਦੇ ਲਈ ਪਹਿਲਾਂ ਜੜ ਦੇ ਵੈਲਪ ਹੋਣੀ ਚਾਹੀਦੀ ਹੈ ਜੜ ਦੇ ਵਿੱਚ ਭੋਜਨ ਜਾਣਾ ਚਾਹੀਦਾ ਹੈਗਾ ਭੋਜਨ ਫਿਰ ਬੂਟੇ ਦੇ ਵਿੱਚ ਟ੍ਰਾਂਸਪਲੈਂਟ ਹੋ ਕੇ ਜਿਬਰੈਲਿਕ ਐਸਿਡ ਪੈਦਾ ਕਰਦਾ ਉਹਦੇ ਨਾਲ ਕੱਦ ਵੀ ਹੁੰਦਾ ਹੈਗਾ ਕਾਰਨ ਕੀ ਹੈਗਾਗਾ ਕਿ ਆਪਾਂ ਅਵੇਸਲਾ ਪਾਣਾ ਆਪਣੇ ਚ ਜ਼ਿਆਦੇ ਆ ਕਈ ਵਾਰ ਵੀਰਾਂ ਦੀ ਪਨੀਰੀ ਬਿਰਲੀ ਰਹਿ ਜਾਂਦੀ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਰਸਾਤਾਂ ਚੱਲਦੀਆਂ ਕਈ ਵਾਰੀ ਖੁਸ਼ਕ ਹਵਾਵਾਂ ਗਰਮ ਹਵਾਵਾਂ ਦਾ ਵੀ ਵਹਾਅ ਚੱਲਦਾ ਹੈਗਾ ਲੋ ਚੱਲਦੀ ਹੈਗੀ ਆ ਫਿਰ ਵੀ ਉਗਰਾ ਪ੍ਰੋਬਲਮ ਆ ਜਾਂਦੀ ਹੈਗੀ ਬਿਰਲੀ ਰਹਿ ਜਾਂਦੀ ਆ ਫਿਰ ਜੇ ਜ਼ਿਆਦੇ ਸੰਘਣੀ ਹੋਗੀ ਤਾਂ ਪ੍ਰੋਬਲਮ ਆ 3 3.5 ਕਿਲੋ ਮਰਲੇ ਦਾ 20 ਪਾਉਂਡ ਦੀ ਲੋੜ ਨਹੀਂ 2.5 ਕਿਲੋ ਸਫੀਸ਼ੈਂਟ ਆ ਤਰੀਕਾ ਨੋਟ ਕਰੋ ਤੁਰਤ ਸੱਜਰਾ ਤੁਸੀਂ ਲੈਜਰ ਲੈਵਲ ਲਵਾਉਣਾ ਅੱਜ ਲੈਜਰ ਲੈਵਲ ਲਵਾਇਆ ਅਗਲੇ ਦਿਨ ਤੁਸੀਂ ਬਜਾਈ ਕਰ ਸਕਦੇ ਹੋ ਦੋ ਹੀ ਸਮੇ ਵਧੀਆ ਹੈਗੇ ਆ ਜਾਂ ਦੇ ਤੜਕੇ ਸਵੇਰ ਦੇ ਸਮੇ ਸੂਰਜ ਚੜ੍ਹਨ ਦਾ ਸਮੇ ਤੇ ਜਾਂ ਜਦੋਂ ਸੂਰਜ ਛਿਪੇ ਨੂੰ ਅੱਧਾ ਘੰਟਾ ਹੋ ਗਿਆ ਹੋਵੇ ਉਦੋਂ ਤੁਸੀਂ ਖੇਤ ਦੇ ਵਿੱਚ ਛਿੱਟਾ ਲਾ ਕੇ ਪਾਣੀ ਲਾਓ ਤਾਂ ਕਿ ਧਰਤੀ ਦੇ ਵਿੱਚ ਟੈਂਪਰੇਚਰ ਜਿਹੜਾ ਗਰਮ ਹਵਾਵਾਂ ਪਈਆਂ ਹੈਗੀਆਂ ਧਰਤੀ ਹੀਟ ਸਿੰਕ ਵੀ ਕਰਦੀ ਹੈ ਤੇ ਹੀਟ ਛੱੜਦੀ ਵੀ ਆ ਹੀਟ ਅਬਜ਼ਰਬ ਵੀ ਕਰਦੀ ਹੈ ਸੂਰਜ ਦੀਆਂ ਕਿਰਨਾਂ ਦੀ ਤੇ ਹੀਟ ਨੂੰ ਫਿਰ ਇਹ ਰਾਤ ਸਮੇ ਬਾਹਰ ਵੀ ਕੱਢਦੀ ਹੈ ਸਹੀ ਸਮਾਂ ਦਾ ਤੜਕੇ ਵਾਲਾ ਹੈਗਾ ਤੜਕੇ ਧਰਤੀ ਬਿਲਕੁਲ ਠੰਡੀ ਹੁੰਦੀ ਹੈ ਨੋਰਮਲ ਹੁੰਦਾ ਟੈਂਪਰੇਚਰ ਤੁਸੀਂ ਤੜਕੇ ਬਜਾਈ ਕਰ ਸ਼ਿੱਟਾ ਮਾਰ ਕੇ ਦੂਰਾ ਤੀਰਾ ਤੁਸੀਂ ਸ਼ਿੱਟਾ ਮਾਰਨਾ ਹੈਗਾ ਖਾਦਾਂ ਦੇ ਵਿੱਚ ਤੁਸੀਂ ਕੀ ਲੈ ਸਕਦੇ ਹੋ 11 12 ਤੱਤਾਂ ਵਾਲੇ 11 ਮਿਲਾ ਕੰਪਲੈਕਸ ਵੀ ਆਇਆ ਹੈਗਾ ਤੁਸੀਂ ਹੋਰ ਆਪਣੇ ਮੁਤਾਬਕ ਵੀ ਲੈ ਸਕਦੇ ਹੈਗੇ ਹੋ ਜੇ ਤੁਸੀਂ ਉਹੀ ਪੁਰਾਣਾ ਤਰੀਕਾ ਵਰਤਣਾ ਹੈਗਾ ਵੀ ਕਨਾਲ ਦੀ ਭਾਈ ਜੀ 5 ਕਿਲੋ ਸੁਪਰ ਲੈ ਸਕਦੇ ਹੈਗੇ ਹੋ ਠੀਕ ਹੈ ਉਹਦੇ ਨਾਲ ਫਿਰ ਜ਼ਿੰਕ ਨਹੀਂ ਪੈਂਦਾ ਹੈਗਾ ਜ਼ਿੰਕ ਤੁਸੀਂ ਜ਼ਿੰਕ ਆਕਸਾਈਡ ਜਾਂ ਸਲਫਰ ਵਗੈਰਾ ਤੁਸੀਂ ਯੂਜ਼ ਕਰ ਲਓ ਜਿਹੜਾ ਯੂਰੀਆ ਤੁਸੀਂ ਲੈ ਸਕਦੇ ਹੋ 2 ਕਿਲੋ ਕਨਾਲ ਦਾ ਉਹ ਸ਼ਿੱਟਾ ਮਾਰ ਸਕਦੇ ਹੈਗੇ ਹੋ ਮੈਗਨੀਸ਼ੀਅਮ ਤੁਸੀਂ ਕਨਾਲ ਦਾ 1.5 ਕਿਲੋ ਲੈ ਸਕਦੇ ਹੈਗੇ ਹੋ ਕੋਈ ਪ੍ਰੋਬਲਮ ਨਹੀਂ ਖਾਦਾਂ ਦਾ ਤੁਹਾਨੂੰ ਸਮੇਲ ਤੇ ਖਾਦਾਂ ਦੀ ਮਾਤਰਾ ਇਹ ਤੁਹਾਨੂੰ ਖੇਤ ਦੀ ਮਿੱਟੀ ਦੀ ਟੈਸਟਿੰਗ ਤੋਂ ਪਤਾ ਲੱਗਦਾ ਹੈਗਾ ਤੋ ਕੇ ਨਾ ਕੁਝ ਵੀ ਪਾਓ ਕੋਈ ਚੱਕਰ ਨਹੀਂ ਹੈਗਾ ਬੀਜ ਨੂੰ ਸੋਧਰਾ ਕਿਵੇਂ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਈ ਵੀਰ ਕੀ ਕਰਦੇ ਆ 30 ਕਿਲੋ ਦਾ ਗੱਟਾ ਲਿਆਂਦਾ ਜੀ ਪਾਣੀ ਚ ਸਿੱਟਿਆ ਜੀ ਚਲੋ ਜੀ ਚਾੱਕ ਕੇ ਛਿੱਟਾ ਦੇਤਾ ਇਹ ਆਪਣੀ ਖੇਤੀ ਰਹਗੀ ਖੇਤੀ ਦੇ ਵਿੱਚ ਸ਼ਾਰਟਕਟ ਹੋ ਸਕਦੇ ਹੈਗੇ ਮਿਹਨਤ ਘਟਾਈ ਜਾ ਸਕਦੀ ਹੈ ਪਰ ਖੇਤੀ ਦੇ ਵਿੱਚ ਅਣਗਹਿਲੀਆਂ ਦਾ ਵੀ ਕੋਈ ਥਾਂ ਨਹੀਂ ਗਲਤੀਆਂ ਦਾ ਵੀ ਕੋਈ ਥਾਂ ਨਹੀਂ ਇਹ ਕਰੋਗੇ ਤਾਂ ਭੁਗਤਣਾ ਤੁਹਾਨੂੰ ਹੀ ਪੈਣਾ ਇਹ 2 ਰੁਪਏ ਵੱਧ ਕਮਾ ਲੋਗੇ ਖੇਤੀ ਜੀ ਤੁਹਾਡੀ ਜੇਬ ਜੀ ਪੈਣੇ ਆ ਤੇ ਜੇ ਕਾਟਾ ਖਾਓਗੇ ਉਹ ਵੀ ਤੁਹਾਡਾ ਹੀ ਹੋਊਗਾ ਜਾਣਕਾਰੀ ਕਿੱਥੋਂ ਮਿਲਦੀ ਆ ਤੁਸੀਂ ਤੁਸੀਂ ਕਿਹਦੀ ਮਦਦ ਕਿਹਦੀ ਲੈਣੇ ਹੋ ਉਹ ਫ੍ਰੀ ਚ ਵੀ ਲੈ ਸਕਦੇ ਹੋ ਤੁਸੀਂ ਪੈਸੇ ਦੀ ਵੀ ਲੈ ਸਕਦੇ ਹੈਗੇ ਪ੍ਰੋਬਲਮ ਕੀ ਹੈ ਵਰਤਨੀ ਕਿਵੇਂ ਆ ਕੋਈ ਤੁਸੀਂ ਇੰਪਲੀਮੈਂਟ ਲੈ ਕੇ ਆਉਣੇ ਹੈਗੇ ਆ ਅੱਜ ਕੱਲ 4 4 ਕਿੱल्ल्या ਵਾਲਿਆਂ ਨੇ ਵੀ 4/4 ਲੈ ਲੇ ਅਸਲ ਦੇ ਵਿੱਚ ਉਹਦੀ ਲੋਡ ਨਹੀਂ ਸੀਗੀ ਤੇ ਜਿਹੜੀ 40 40 ਕਿੱल्ल्या ਦੇ ਮਾਲਕ ਹੈਗੇ ਉਹਨਾਂ ਨੂੰ 2 2 ਟਰੈਕਟਰਾਂ ਦੀ ਲੋਡ ਸੀਗੀ ਉਹਨਾਂ ਨੇ ਲੈ ਲੇ ਕਿਸੇ ਨੂੰ ਦੇਖ ਕੇ ਅਪਗ੍ਰੇਡ ਨਾ ਹੋ ਆਪਣੇ ਖੇਤ ਦੇ ਮੁਤਾਬਕ ਆਪਣੇ ਖੇਤੇ ਦੇ ਮੁਤਾਬਕ ਤੁਸੀਂ ਇਹਨਾਂ ਦੀ ਜਾਣ ਦੇ ਲਈ ਫੈਸਲਾ ਲੈ ਸਕਦੇ ਹੋ ਬੀਜ ਨੂੰ ਪਿਉਣਾ ਤੇ ਬੀਜ ਨੂੰ ਸੋਧਣਾ ਬਹੁਤ ਜ਼ਰੂਰੀ ਆ ਤੁਸੀਂ 8 ਕਿਲੋ ਬੀਜ ਲਗਭਗ 3 ਤੋਂ 4 ਮਰਲਿਆਂ ਦੇ ਵਿੱਚ ਛਿੱਟਾ ਦੇਣਾ ਹੈਗਾ ਦੂਰਾ ਤੀਰਾ ਖਾਸ ਕਰਕੇ ਘੱਟ ਸਮੇਂ ਦੀਆਂ ਕਿਸਮਾਂ ਹੈਗੀਆਂ ਤਾਂ ਉਹਨਾਂ ਦੇ ਵਿੱਚ PR126 ਆਉਂਦਾ ਹੈਗਾ ਹੋਰ ਹਾਈਬ੍ਰਿਡ ਆਉਂਦੇ ਹੈਗੇ ਆ ਜੇ 1509 1747 1699 ਲੈਣਾ ਹੈਗਾ ਤਾਂ ਇਹ ਤੁਸੀਂ 9 ਕਿਲੋ ਵੀ ਤਿਰਨ ਮਰਲਿਆਂ ਦੇ ਵਿੱਚ ਵਰਤ ਸਕਦੇ ਹੈਗੇ ਮਰਲੇ ਦਾ 3 ਕਿਲੋ ਤੇ ਇੱਕ ਵਰਤ ਸਕਦੇ ਕਿਉਂਕਿ ਇਹਨਾਂ ਦਾ 20 ਵੱਡਾ ਹੁੰਦਾ ਨੰਬਰ ਆਫ ਗ੍ਰੇਨ ਘੱਟ ਹੁੰਦੇ ਆ ਪਰ ਉਗਰਨ ਦੇ ਵਿੱਚ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਤੁਸੀਂ ਪਾਣੀ ਭਰੋ 25 ਤੋਂ 30 ਲੀਟਰ ਪਾਣੀ ਲਓ ਉਹਦੇ ਵਿੱਚ ਜੇ ਕੈਮੀਕਲ ਟ੍ਰੀਟਮੈਂਟ ਕਰਨਾ ਹੈਗਾ ਤਾਂ ਯੂਨੀਵਰਸਿਟੀ ਆ ਸਿਫਾਰਿਸ਼ ਕੀਤਾ ਹੋਇਆ ਕਾਰਬੈਂਡਾਜਮ ਤੇ ਮੈਨਕੋਜ ਉਹ ਤੁਸੀਂ ਜਿਹੜਾ ਹੈਗਾ ਬੀਜ ਦੇ ਹਿਸਾਬ ਨਾਲ 3 ਗ੍ਰਾਮ ਪ੍ਰਤੀ ਕਿਲੋ हिसाब ਨਾਲ ਲੈ ਸਕਦੇ ਹੋ ਜੀ 8 ਕਿਲੋ ਵੀ ਆ ਤਾਂ 24 ਗ੍ਰਾਮ ਉਹਦੀ ਮਾਤਰਾ ਤੁਸੀਂ ਪਾਣੀ ਚ ਘੋਲ ਲਓ ਉਦੋਂ ਬਾਅਦ ਵੀ ਪਾ ਦਿਓ ਜਿੰਨਾ ਵੀ ਉੱਤੇ ਤੈਰਦਾ ਹੋਇਆ ਵੀ ਆ ਉਹਨੂੰ ਬਾਹਰ ਕੱਢ ਦਿਓ ਘੱਟੋ ਘੱਟ 20 ਘੰਟੇ ਵੀ ਨੂੰ ਭਿਉਂ ਕੇ ਰੱਖੋ ਤੇ ਮੁੜ ਕੇ 3 ਕ ਘੰਟੇ 4 ਘੰਟੇ ਉਸ ਨੂੰ ਹਵਾ ਲਵਾ ਲਓ ਤੇ ਉਦੋਂ ਬਾਅਦ ਖੇਤ ਦੇ ਵਿੱਚ ਜਾ ਕੇ ਦੂਰਾ ਤੀਰਾ ਛਿੱਟਾ ਲਗਾਓ ਖਾਦਾਂ ਦਾ ਵੀ ਛਿੱਟਾ ਲਗਾ ਦਿਓ ਕਈ ਵੀਰ ਕੀ ਕਰਦੇ ਆ ਗਲਤੀ ਦੇ ਨਾਲ ਕਿਸੇ ਕੋਲੇ ਬਾਇਓ ਗੈਸ ਪਲਾਟ ਹੈਗਾ ਰੂੜੀ ਹੈਗੀ ਆ ਜਾਂ ਕੁਝ ਹੋਰ ਚੀਜ਼ ਹੈਗੀ ਆ ਸਵਾਹ ਵਗੈਰਾ ਹੈਗੀ ਆ ਉਹ ਪਹਿਲਾਂ ਢੇਰੀ ਲਾਈ ਹੁੰਦੀ ਆ ਉੱਥੇ ਉਹ ਵੀ ਗਰਮ ਹੋਈ ਵੀ ਹੁੰਦੀ ਆ ਧਰਤੀ ਜੀ ਵੀ ਗਰਮ ਗਰਮੀ ਹੁੰਦੀ ਆ ਤੁਸੀਂ ਵੀ ਜਾ ਕੇ ਛਿੱਟਾ ਮਾਰ ਦਿੰਨੇ ਉਹ ਥੋੜਾ ਬੋਟਾ ਉਗਰਦੇ ਨੇੜੇ ਹੁੰਦਾ ਹੈਗਾ ਉਹਦਾ ਸੱਕ ਪੋਲਾ ਹੋਇਆ ਹੋਇਆ ਹੁੰਦਾ ਤਾਂ ਬੀ ਦੇ ਉਗਰਨ ਵਿੱਚ ਪ੍ਰੋਬਲਮ ਆ ਜਾਂਦੀ ਹੈਗੀ ਜਾਂ ਤੁਸੀਂ ਛੱਟਾ ਮਾਰ ਦਿੰਦੇ ਹੋ ਤੁਸੀਂ 5 ਘੰਟੇ ਪਾਣੀ ਨਹੀਂ ਲਾਉਂਦੇ ਕਹਿੰਦੇ ਲਾਈਟ ਨਹੀਂ ਆਈ ਲਾਈਟ ਨਹੀਂ ਲਾਵਾਂਗੇ ਅਗਰ ਥੋੜੀ-ਮੋਟੀ ਪਨੀਰੀ ਲਾਉਣੀ ਹੈ ਘੱਟੋ-ਘੱਟ ਉਹਦਾ ਬਜਾਈ ਤਾਂ ਸਟੈਂਡਰਡ ਤਰੀਕੇ ਨਾਲ ਹੋਵੇ ਤੁਸੀਂ ਜਨਰੇਟਰ ਵਗੈਰਾ ਦਾ ਪ੍ਰਬੰਧ ਕਰ ਲਓ ਜੇ ਲਾਈਟ ਵਗੈਰਾ ਡਿਸਟਰਬ ਹੈਗੀ ਆ ਤਾਂ ਪਾਣੀ ਤੁਰਤ ਲਾਓ ਜਿੱਦੋਂ ਤੁਸੀਂ ਬਜਾਈ ਕਰਤੀ ਸਭ ਤੋਂ ਜਿਹੜੀ ਮੇਨ ਗੱਲ ਇਸ ਵੀਡੀਓ ਦੀ ਹੈਗੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਜਿੱਕਰ ਪਨੀਰੀ ਉਗਰਦੀ ਨਹੀਂ ਉਹਨਾਂ ਚੱਕਰ ਰਿਸਕ ਹੀ ਰਿਸਕ ਹੈ ਨਦੀਨ ਵੀ ਹੋ ਸਕਦਾ ਬੀ ਇਕੱਠਾ ਵੀ ਹੋ ਸਕਦਾ ਤੋਤੇ ਵਗੈਰਾ ਵੀ ਖਾ ਸਕਦੇ ਹੈਗੇ ਇੱਧਰ ਉੱਧਰ ਸ਼ਿਫਟ ਹੋ ਜਾਂਦਾ ਹੈਗਾ ਸਹੀ ਤਰੀਕੇ ਨਾਲ ਉੱਗਦਾ ਨਹੀਂ ਜਰਮੀਨੇਸ਼ਨ ਪ੍ਰਭਾਵਿਤ ਹੋ ਜਾਂਦੀ ਹੈਗੀ ਜਾਂ ਗਰਮ ਹਵਾਵਾਂ ਦੇ ਨਾਲ ਬੀਜ ਦੀ ਜੰਮਣ ਸ਼ਕਤੀ ਹੋਰ ਘੱਟ ਹੋ ਜਾਂਦੀ ਹੈਗੀ ਜੇ ਤੁਸੀਂ ਪਾਣੀ ਸਹੀ ਤਰੀਕੇ ਨਾਲ ਦਿੰਦੇ ਨਹੀਂ ਹੈਗੇ ਜਾਂ ਉਹਦੇ 'ਚ ਕੋਈ ਮਲਚਿੰਗ ਨਹੀਂ ਕੀਤੀ ਹੋਈ ਐਸ ਵਿਧੀ ਨੂੰ ਤੁਸੀਂ ਜੇ 25 ਤਰੀਕੇ ਦੇ 25 ਦਿਨਾਂ ਦੇ ਨਾਲ ਤੁਸੀਂ ਤਿਆਰ ਕਰਨਾ ਹੈਗਾ ਪਨੀਰੀ ਨੂੰ ਪੱਟ ਨਾ ਕੇਤ ਦੇ ਵਿੱਚੋਂ 25 ਦਿਨਾਂ ਦੇ ਵਿੱਚ ਤਾਂ ਉਹ ਚੌਥੇ ਦਿਨ ਉਗਰਨੀ ਚਾਹੀਦੀ ਹੈ 20 ਦਿਨਾਂ ਦੇ ਵਿੱਚ ਉਹਦੇ ਦੋ ਫੇਸ ਕੰਪਲੀਟ ਹੋ ਜਾਣਗੇ ਉਹ ਚੌਥੇ ਪੱਤੇ ਤੇ ਆਜੂਗੀ ਤੇ ਫੱਡੀ ਬਣ ਜੂਗੀ ਤੁਸੀਂ ਪੱਟ ਕੇ ਲਾ ਸਕਦੇ ਹੋ 20 ਦਾ ਛਿੱਟਾ ਦੇਣ ਤੋਂ ਬਾਅਦ ਖਾਦਾਂ ਦਾ ਛਿੱਟਾ ਦੇਣ ਤੋਂ ਬਾਅਦ ਉਹਦੇ ਵਿੱਚ 1 ਇੰਚੀ ਤੁਸੀਂ ਪਰਾਲੀ ਪਾਓ ਪਰਾਲੀ ਚਾਹੇ ਕਣਕ ਦੀ ਪਾ ਲਓ ਪਰਾਲੀ ਚਾਹੇ ਕਿਸੇ ਵੀ ਕਿਸੇ ਹੀ ਫਸਲ ਦੀ ਪਾ ਲਓ ਗੰਨੇ ਦੀ ਪਾ ਲਓ ਕੋਈ ਚੱਕਰ ਨਹੀਂ ਹੈਗਾ ਤੁਸੀਂ ਝੋਨੇ ਦੀ ਪਰਾਲੀ ਵਰਤ ਸਕਦੇ ਹੈਗੇ ਹੋ ਉਹਦੀ ਮਲਚਿੰਗ ਕਰ ਦਿਓ ਤੇ ਪਾਣੀ ਲਾ ਦਿਓ 20 ਇਕੱਠਾ ਨਹੀਂ ਹੋਵੇਗਾ ਬੀ ਸਾਰਾ ਇੱਕ ਸਾਲ ਰਹੇਗਾ ਗਿੱਲ ਇੱਕ ਸਾਲ ਰਹੇਗੀ ਪਾਣੀ ਜ਼ਿਆਦਾ ਨਹੀਂ ਲਾਉਣਾ ਪਾਵੇਗਾ ਚਾਰਕ ਦਿਨਾਂ ਬਾਅਦ ਪਾਣੀ ਫੇਰ ਰਿਪੀਟ ਕਰਨ ਦੀ ਲੋੜ ਪੈ ਸਕਦੀ ਹੈਗੀ ਆ ਜੇ ਬਰਸਾਤ ਹੈਗੀ ਤਾਂ ਵੀ ਪ੍ਰੋਬਲਮ ਨਹੀਂ ਹੋਏਗੀ ਜੇ ਬਰਸਾਤ ਦੇ ਵਿੱਚ ਕੋਈ ਗੜੇ ਵਾਏ ਆ ਜਾਂਦੇ ਹੈਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੋਵੇਗੀ ਤਾਂ ਤੁਹਾਡੀ ਜਿਹੜੀ ਪਨੀਰੀ ਆ ਉਹ ਇੱਕ ਵਾਰੀ ਉਗ ਗਈ ਉਸ ਤੋਂ ਬਾਅਦ ਤੁਸੀਂ ਉਹਨੂੰ ਚੱਕ ਦਿਓ ਪਾਣੀ ਥੋੜਾ ਜਿਹਾ ਟੈਟ ਕਰਕੇ ਲਾ ਦਿਓ ਅਗਲਾ ਪਾਣੀ ਭਰਮਾ ਲਾ ਦਿਓ ਫੇਰ ਤੁਸੀਂ ਬੁਜਾਈ ਤੋਂ ਲਗਭਗ 8ਵੇਂ ਦਿਨ ਫੇਰ ਤੁਸੀਂ ਕਨਾਲ ਦਾ 3 ਕਿਲੋ ਯੂਰੀਆ ਲੈਣਾ ਹੈਗਾ ਉਹਦੇ ਤੇ ਜ਼ਿੰਕ ਕੋਟ ਕਰੋ ਤੇ ਛਿੱਟਾ ਮਾਰੋ ਜ਼ਿੰਕ ਦੀ ਘਾਟ ਉੱਥੇ ਜ਼ਿਆਦਾ ਆਉਂਦੀ ਹੈਗੀ ਆ ਜਿੱਥੇ ਪਾਣੀ ਜ਼ਿਆਦਾ ਰੁਕਦਾ ਹੈਗਾ ਛਿਕਰੀਆਂ ਜ਼ਮੀਨਾਂ 'ਚ ਆ ਜਾਂਦੀਆਂ ਜਾਂ ਜਿੱਥੇ ਘਾਟ ਹੈਗੀ ਆ ਜਿੱਥੇ ਪਾਣੀ ਨਹੀਂ ਰੁਕਦਾ ਹੈਗਾ ਉੱਥੇ ਲੋਈ ਦੀ ਘਾਟ ਆ ਜਾਂਦੀ ਤੁਸੀਂ ਬੈਲੈਂਸ ਬਣਾ ਕੇ ਚੱਲਣਾ ਦੋ ਦਿਨ ਪਾਣੀ ਭਰ ਲਓ ਤੇ ਤੀਜੇ ਦਿਨ ਹਵਾ ਲਵਾ ਦਿਓ ਰਾਤ ਦੇ ਸਮੇਂ ਪਾਣੀ ਰੱਖ ਲਓ ਤੇ ਦਿਨ ਦੇ ਸਮੇਂ ਪਾਣੀ ਨਾ ਹੋਵੇ ਇਸ ਤਰ੍ਹਾਂ ਦਾ ਤੁਹਾਨੂੰ ਪਹਿਲੇ 15 ਦਿਨਾਂ ਦਾ ਮੈਨੇਜਮੈਂਟ ਕਰਨਾ ਪਊਗਾ ਜਿਹੜੀਆਂ ਸਮੱਸਿਆਵਾਂ ਪਨੀਰੀ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਬੁੱਕ 'ਚ ਵੀ ਬੰਦ ਕੀਤਾ ਹੋਇਆ ਉਹਨਾਂ ਨੂੰ ਆਪਾਂ ਨੇ ਪਹਿਲਾਂ ਵੀ ਵੀਡੀਓ ਦੇ ਰਾਹੀਂ ਦੱਸਿਆ ਹੋਇਆ ਹੈਗਾ ਕਿ ਜੇ ਲੋਹੇ ਦੀ ਘਾਟ ਦੀ ਪਛਾਣ ਹੋਈ ਹੈ ਤਾਂ ਸਿਰਫ ਲੋਹਾ ਤੇ ਯੂਰੀਆ ਸਪਰੇ ਕਰੋ ਜੇ ਜ਼ਿੰਕ ਦੀ ਘਾਟ ਦੀ ਸਪਰੇ ਤੁਹਾਡੀ ਡਿਟੈਕਸ਼ਨ ਹੋਈ ਹੈ ਤੁਹਾਡੀ ਪਨੀਰੀ ਦੇ ਵਿੱਚ ਪਤਾ ਲੱਗਿਆ ਤਾਂ ਉਹ ਜ਼ਿੰਕ ਦੀ ਤੇ ਲੋਹਾ ਯੂਰੀਆ ਹੀ ਸਪਰੇ ਕਰੋ ਦੋਨਾਂ ਨੂੰ ਮਿਕਸ ਨਾ ਕਰੋ ਤੇ ਮਾਰਕੀਟ 'ਚ ਮਿਕਸਚਰ ਆਉਂਦੇ ਉਹਨਾਂ ਨੂੰ ਨਾ ਵਰਤੋ ਕੋਈ ਅਪਾਰਟਮੈਂਟ ਟ੍ਰਾਇਲ ਲਾਏ ਹੈਗੇ ਮੇਸ਼ ਜਾਂਦੇਰ ਕੁਝ ਤੇ ਰਿਜ਼ਲਟ ਬਹੁਤ ਵਧੀਆ ਆਏ ਹੈਗੇ ਉਹਨਾਂ ਨੂੰ ਅਗਲੇ ਸਾਲ ਆਪਾਂ ਲਈ ਕੰਸੀਡਰ ਕੀਤਾ ਹੈਗਾ ਕੋਈ ਕੰਪਨੀ ਨੇ ਕੰਮ ਸ਼ੁਰੂ ਕੀਤਾ ਵਧੀਆ ਕੀਤਾ ਉਹਨੂੰ ਵੀ ਘੱਟੋ ਘਾਟ ਇੱਕ ਸਾਲ ਦਾ ਸਮਾਂ ਦਾ ਦੇਈਏ ਵੀ ਸਾਨੂੰ ਹੋਰ ਫਸਲਾਂ ਦੇ ਰਿਜ਼ਲਟ ਲੈ ਲੈਣਦੇ ਹੋ ਫਿਰ ਤੁਹਾਨੂੰ ਤੁਹਾਡੇ ਦੁਆਰੇ ਦੱਸਾਂਗੇ ਆਪਾਂ ਪਰ ਕੰਪਨੀ ਕੋਈ ਨਵੀਂ ਆਈ ਆ ਪਹਿਲੀ ਵਾਰ ਪ੍ਰੋਡਕਟ ਆਇਆ ਪਹਿਲੀ ਵਾਰ ਵਰਤਿਆ ਕਹਿੰਦੇ ਹਾਂਜੀ ਹਾਂਜੀ ਬਹੁਤ ਵਧੀਆ ਰਿਜ਼ਲਟ ਆ ਇਸ ਤਰ੍ਹਾਂ ਦੇ ਜਿਹੜੇ ਵੀਡੀਓ ਹੈਗੇ ਉਹਨਾਂ ਤੋਂ ਵੀ ਬਚੋ ਤੁਸੀਂ ਆਪਣੇ ਲੈਵਲ ਤੇ ਤਿਆਰਬੇ ਕਰੋ ਤਾਂ ਜ਼ਿਆਦਾ ਵਧੀਆ ਰਹੂਗਾ ਇੱਕ ਇਹਦੇ ਵਿੱਚ ਸਮੱਸਿਆ ਆਉਂਦੀ ਹੈਗੀ ਫਾਰਮਾਰਾ ਖੜੀ ਪਨੀਰੀ ਦੇ ਵਿੱਚ ਜ਼ਿੰਕ ਸਲਫੇਟ ਵਰਤਦੇ ਹੈਗੇ ਆ ਚਾਹੇ ਸਪਰੇਜ ਵਰਦੇ ਤੁਸੀਂ 3 ਗ੍ਰਾਮ ਪ੍ਰਤੀ ਲੀਟਰ ਜਾਂ ਇਸ ਤੋਂ ਵੱਧ ਇਹ ਵੀ ਖਤਰਨਾਕ ਹੈ ਅਗਰ ਤੁਸੀਂ ਖੜੀ ਪਨੀਰੀ ਦੇ ਵਿੱਚ ਕਨਾਲ ਦੇ ਹਿਸਾਬ ਨਾਲ 2-3 ਕਿਲੋ ਜਿੰਕ ਪਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਵੀ ਖਤਰਨਾਕ ਹੈ ਕਿਉਂਕਿ ਜਿੰਕ ਸਲਫੇਟ ਥੋੜਾ ਗਰਮ ਹੁੰਦਾ ਇਹ ਜਦੋਂ ਵੀ ਇਹ ਟੁੱਟਦਾ ਇਹਨੂੰ ਸੱਲ ਮਿਲਦੀ ਹੈ ਤਾਂ ਇਹ ਗਰਮਾਇਸ਼ ਛੱਡਦਾ ਹੈਗਾ ਤਾਂ ਜਿਹੜੀ ਪਨੀਰੀ ਆਪਣੀ ਉਹ ਜਲ ਸਕਦੀ ਹੈਗੀ ਆ ਸੋ ਸਮੱਸਿਆਵਾਂ ਤੇ ਕਦੇ ਬੰਦ ਨਹੀਂ ਹੋਈਆਂ ਆਪਣੇ ਪਿਓ ਦਾਦਿਆਂ ਨੂੰ ਵੀ ਆਉਣਗੀਆਂ ਆਪਾਂ ਨੂੰ ਵੀ ਆਉਣਗੀਆਂ ਆਪਣੀ ਜਿੰਨ ਅਗਲੀ ਜਨਰੇਸ਼ਨ ਨੂੰ ਤਾਂ ਬਾਲਾਂਗੇ ਜ਼ਿਆਦਾ ਆਉਣੀਆਂ ਹੈਗੀਆਂ ਕਿਉਂਕਿ ਸਮੱਸਿਆਵਾਂ ਤੁਹਾਨੂੰ ਪਤਾ ਹੀ ਹੈਗਾ ਵੀ ਆਪਣੀ ਮਿੱਟੀ ਦੀ ਸਿਹਤ ਹੈ ਜਿਹੜੀ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਰਹੀ ਹੈ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖੀਏ ਚੰਗਾ ਰੱਖੀਏ ਆਪਣੇ ਜ਼ਮੀਨ ਦੇ ਵਿੱਚ ਜਿਹੜਾ ਬਲੱਡ ਹੈਗਾ ਆਰਗੇਨਿਕ ਕਾਰਬਨ ਆ ਉਹਨੂੰ ਆਪਾਂ 0.78 ਤੇ ਲੈ ਕੇ ਜਾਈਏ ਹੋਰ ਜਿਹੜੀਆਂ ਕੋਈ ਸਮੱਸਿਆਵਾਂ ਹੈਗੀਆਂ ਫਸਲ ਦੀਆਂ ਉਹਨਾਂ ਦੇ ਹੱਲ ਦੇ ਲਈ ਆਪਾਂ ਮਿਹਨਤੀ ਕਿਸਾਨਾਂ ਨੂੰ ਮਿਲਗੇ ਯੂਨੀਵਰਸਿਟੀਆ ਨੇ ਵਿੱਚ ਸਾਇੰਟਿਸਟ ਨੂੰ ਵੀ ਮਿਲਦੇ ਹੈਗੇ ਜਿਹੜੇ ਖੁਦ ਕੀਤੀ ਕਰਦੇ ਹੈਗੇ ਸਾਇੰਟਿਸਟ ਉਹਨਾਂ ਦੇ ਵੀ ਰਿਵਿਊ ਬਹੁਤ ਬੁਝਾਦੇ ਵਧੀਆ ਹੁੰਦੇ ਆ ਬਟ ਬਹੁਤ ਕੋਸ਼ਿਸ਼ ਦੁਨੀਆ ਦੇ ਉੱਤੇ ਖੇਤੀਬਾੜੀ ਦਾ ਸਵੰਤ ਆਫ ਦਾ ਰਿਕਾਰਡ ਹੈ ਪਿਆ ਹੈਗਾ ਆਨ ਦਾ ਰਿਕਾਰਡ ਨਹੀਂ 100 ਦੇ ਵਿੱਚੋਂ 76 ਬੰਦੇ ਖੇਤੀ ਕਰਦੇ ਆ ਤਾਂ 150 ਕਰੋੜ ਪਾਪੂਲੇਸ਼ਨ ਦੇ ਵਿੱਚ ਤੁਸੀਂ ਲਾ ਲਓ ਵੀ 100 ਕਰੋੜ ਫਾਰਮਰ ਹੀ ਬੈਠਾ ਹੈਗਾ ਤੇ ਉਹਨਾਂ ਦੇ ਵਿੱਚੋਂ ਸਿਰਫ 200 ਬੰਦੇ ਨੂੰ ਅਵਾਰਡ ਮਿਲਦਾ ਤੇ ਉਹਨਾਂ ਦੇ ਵਿੱਚੋਂ ਵੀ ਕਿੰਨੇ ਸਹੀ ਹੁੰਦੇ ਹੋਣਗੇ ਕਿੰਨੇ ਆਪਣੀ ਖੇਤੀ ਕਰਦੇ ਹੋਣਗੇ ਜਾਂ ਠੇਕੇ ਵਾਲੇ ਹੁੰਦੇ ਹੋਣਗੇ ਪਰ ਜਿਹੜੀ ਮੈਂ ਗੱਲ ਕਹਿਣਾ ਚਾਹੁੰਨਾ ਕਿ ਕਿਸਾਨਾਂ ਦੇ ਵਿੱਚ ਵੀ ਬਹੁਤ ਕੁਝ ਆਫ ਦਾ ਰਿਕਾਰਡ ਉਹਨਾਂ ਕੋਲੇ ਪਿਆ ਆਪਣੇ ਖੇਤਾਂ ਦੇ ਵੀ ਤਜਰਬਾ ਕਰੀ ਬੈਠੇ ਆ ਉਹਨਾਂ ਨੂੰ ਵੀ ਆਪਾਂ ਹਾਈਲਾਈਟ ਕਰਨ ਦਾ ਕੰਮ ਕਰਦੇ ਹੈਗੇ ਮੇਰੀ ਮੇਲ ਆਈਡੀ ਮੈਂ ਬ੍ਰਿੰਕ ਕਰਾਉਣਾ ਹੈਗਾ ਹੈਗਾ ਤੁਹਾਡੇ ਕੋਲ ਵੀ ਇਸ ਤਰ੍ਹਾਂ ਦਾ ਤਜਰਬਾ ਜਿਹੜਾ ਖੇਤੀ ਝਾੜ ਵਧਾ ਸਕਦਾ ਤੇ ਮਿਹਨਤ ਵੀ ਘਟਾਉਂਦਾ ਜਾਂ ਵਧਾਉਂਦਾ ਮਿੱਟੀ ਦੀ ਸਿਹਤ ਦੇ ਪ੍ਰਤੀ ਬਹੁਤ ਜ਼ਿਆਦਾ ਵਧੀਆ ਕੰਮ ਕਰ ਸਕਦਾ ਹੈਗਾ ਤਾਂ ਆਪਾਂ ਉਸ ਨੂੰ ਹਾਈਲਾਈਟ ਕਰਨ ਦਾ ਕੰਮ ਕਰਾਂਗੇ